ਇਦਾਂ ਕਰਨਾ ਥੋੜੀ ਬਾਡੀ ਦੇ ਵਿੱਚ ਬਹੁਤ ਘੱਟ ਫੈਟ ਸਟੋਰ ਜਾਊਗੀ ਤੁਸੀਂ ਬਸ ਸਿੰਪਲ ਚੀਜ਼ ਫਾਲੋ ਕਰਨੀ ਆ ਕਦੇ ਵੀ ਤੁਸੀਂ ਕੋਈ ਮੀਲ ਲੈਨੇ ਹੋ ਉਹ ਮੀਲ ਲੈਣਸਾਰ ਤੁਹਾਡਾ ਬਲੱਡ ਸ਼ੂਗਰ ਆਪ ਜਾਂਦਾ ਬਲੱਡ ਸ਼ੂਗਰ ਦੇ ਨਾਲ ਇਨਸੂਲਿਨ ਆਪ ਜਾਂਦਾ ਸੋ ਹੁਣ ਜਦ ਆ ਚੀਜ਼ਾਂ ਬਲੱਡ ਦੇ ਵਿੱਚ ਹਾਈ ਹੁੰਦੀਆਂ ਨੇ ਉਦੋਂ ਆਪਣੀ ਬਾਡੀ ਨੇ ਬਲੱਡ ਸ਼ੂਗਰ ਲੋਅ ਕਰਨਾ ਹੁੰਦਾ ਛੇਤੀ ਤੋਂ ਛੇਤੀ ਜਦੋਂ ਬਲੱਡ ਸ਼ੂਗਰ ਹਾਈ ਆ ਤੁਹਾਡੀ ਬਾਡੀ 'ਚ ਉਦੋਂ ਆਪਣੀ ਬਾਡੀ ਫੈਟ ਬਹੁਤ ਘੱਟ ਬਰਨ ਕਰ ਰਹੀ ਹੁੰਦੀ ਆ ਕਿਉਂਕਿ ਹੁਣ ਦੇਖੋ ਆਪਣੀ ਬਾਡੀ ਦਿਨ ਦੇ ਵਿੱਚ ਫੈਟ ਬਰਨ ਕਰਦੀ ਰਹਿੰਦੀ ਆ ਪਾਹੀ ਆਪਣੇ ਤੇ ਫੈਟ ਨਹੀਂ ਤਾਂ ਆਪਣਾ ਬਜਨ ਵਾ ਵਾਜ ਜਵੇ ਆਪਾਂ ਖਾਂਦੇ ਆ ਜਦੋਂ ਨਹੀਂ ਖਾਂਦੇ ਫਿਰ ਬੋਡੀ ਕੈਲਰੀ ਬਾਹਰ ਕੱਢਦੀ ਰਹਿੰਦੀ ਆ ਖਾਂਦੇ ਆ ਸਟੋਰ ਕਰਦੀ ਰਹਿੰਦੀ ਆ ਤੇ ਹੁਣ ਥੋੜੇ ਮਸਲ ਸੈਲ ਨੇ ਜਿਹੜੇ ਮਸਲ ਸੈਲ ਨੇ ਥੋੜੀ ਨੇ ਗਲੂਗੋਸ਼ ਖਿੱਚਣਾ ਹੁੰਦਾ ਆਪਣੇ ਵੱਲ ਮੰਨ ਲਓ ਕਾਰਬ ਲੈ ਲਈ ਤੁਸੀਂ ਚੌਲ ਖਾਲੇ ਬਲੱਡ ਸ਼ੂਗਰ ਅੱਪ ਚੱਲਿਆ ਗਿਆ ਦੇ ਨਾਲ ਇਨਸਲ ਅੱਪ ਚੱਲਿਆ ਉਹ ਚੀਜ਼ਾਂ ਦੋਨੇ ਜਿੰਨੀ ਛੇਤੀ ਥੱਲੇ ਆਉਣਗੀਆਂ ਆਪਣੇ ਲਈ ਵਧੀਆ ਨੇ ਹੁਣ ਛੇਤੀ ਥੱਲੇ ਕਿਵੇਂ ਆਉਣਗੀਆਂ ਜੇ ਮੰਨ ਲਓ ਆਪਾਂ ਕੋਈ ਖਾਣ ਤੋਂ ਥੋੜਾ ਟਾਈਮ ਬਾਅਦ ਕੋਈ ਮੂਵਮੈਂਟ ਕਰ ਲਈ ਕੋਈ ਡੰਡ ਲਾ ਲੇ ਕੋਈ ਬੈਟ ਕਰ ਲਾ ਲਿਆ ਤੋਰ ਲੇ ਹੁਣ ਕੀ ਹੋ ਰਿਹਾ ਆਪਣੇ ਮਸਲਾ ਦੇ ਵਿੱਚ ਕੀ ਚੀਜ਼ ਹੋ ਗਈ ਆਪਣੇ ਮਸਲ ਐਕਟੀਵੇਟ ਹੋ ਗਏ ਉਹਨਾਂ ਨੇ ਕਹਣਾ ਸਾਨੂੰ એનર્ਜੀ ਚਾਹੀਦੀ ਹੈ ਸਾਨੂੰ ਗਲੂਗੋ ਚਾਹੀਦਾ ਕਿਉਂਕਿ ਮਸਲ એનર્ਜੀ ਲਈ ਉਹ ਚੀਜ਼ ਮੰਗਦੇ ਨੇ ਗਲੂਕੋਸ ਟਰਾਂਸਪੋਰਟਰ ਥੋੜੇ ਮਸਲਾ ਦੀ ਸਰਫੇਸ 'ਨ ਆ ਗਏ ਉਹਨਾਂ ਨੇ ਗਲੂਗੋਸ ਬਾਹਰ ਖਿੱਚ ਲਈ ਹੁਣ ਤੁਹਾਡੇ ਇਨਸੁਲਿਨ ਹਾਰਮੋਨ ਨੂੰ ਉਹਨਾਂ ਕੰਮ ਨਹੀਂ ਕਰਨਾ ਪੈਂਦਾ ਕਿਉਂਕਿ ਇਨਸਨ ਹਾਰਮੋਨ ਦਾ ਕੰਮ ਹੈ ਬਲੱਡ ਦੇ ਵਿੱਚੋਂ ਗਲੂਗੋਸ ਨੂੰ ਲੋਅ ਕਰਨਾ ਕਿਉਂਕਿ ਬਲੱਡ ਦੇ ਵਿੱਚ ਸ਼ੂਗਰ ਬਹੁਣ ਇੱਕ ਹਾਈ ਲੈਵਲ ਤੱਕ ਨਹੀਂ ਰਹਿ ਸਕਦੀ ਬਾਡੀਓ ਨੂੰ ਇੱਕ ਪ ਨਾ ਤਾਂ ਜਿਆਦਾ ਲੋ ਹੋ ਜਾਣ ਦਿੰਦੀ ਆ ਨਾ ਜਿਆਦਾ ਹਾਈ ਜਾਣ ਦਿੰਦੀ ਆ ਸੋ ਜੇ ਆਪਾਂ ਵਰਕਆਊਟ ਕਰਕੇ ਥੋੜੀ-ਬੋਧੀ ਐਕਟੀਵਿਟੀ ਕਰਕੇ ਉਹ 슈ਗਰ ਨੂੰ ਜਲਦੀ ਮਸਲਾ ਦੇ ਵਿੱਚ ਪੁਸ਼ ਕਰਤਾ ਫੇਰ ਕੀ ਹੋਊਗਾ ਆਪਣੇ ਇੰਸੂਲਿਨ ਛੇਤੀ ਥੱਲੇ ਆਊਗਾ ਆਪਣਾ ਬਲੱਡ 슈ਗਰ ਛੇਤੀ ਥੱਲੇ ਆਊਗਾ ਮਤਲਬ ਕਿੱਥੇ ਥੋੜਾ 3-4 ਘੰਟੇ ਦੇ ਵਿੱਚ ਦੋ ਚੀਜ਼ਾਂ ਥੱਲੇ ਆਉਣੀਆਂ ਸੀਗੀਆਂ ਕਿੱਥੇ ਤੁਸੀਂ ਐਕਸਰਸਾਈਜ਼ ਕਰਕੇ ਉਹਨੂੰ ਜਲਦੀ ਥੱਲੇ ਲਿਆਏ ਫੇਰ ਕੀ ਹੋਊਗਾ ਥੋੜੀ ਬੋਡੀ ਨੂੰ ਲੱਗਣਾ ਕੀ ਹੁਣ ਗਲੂਗੋਸ ਨਾਰਮਲ ਜ਼ੋਨ ਤੇ ਆ ਉਹਨੇ ਫੈਟ ਬਰਨ ਕਰਨਾ ਜਦੋਂ ਕਾਰਬ ਖਾਨੇ ਹੋ ਉਦੋਂ ਗਲੂਗੋਸ ਤੋਂ એનર્ ਤੇ ਜਦੋਂ ਆਪਣਾ ਬਲੱਡ ਸ਼ੂਗਰ ਲੋ ਹੁੰਦਾ ਉਦੋਂ ਆਪਣੀ ਬਾਡੀ ਫੈਟ એનર્ਜੀ ਕਾਫੀ ਯੂਜ਼ ਕਰ ਰਹੀ ਹੁੰਦੀ ਆ ਕਿਉਂਕਿ ਕਈ ਬੰਦਾ ਦੀ ਬਲੱਡ ਸ਼ੂਗਰ ਹਾਈ ਹੁੰਦੀ ਆ ਕਿ ਮੈਟਫੋਰਮਨ ਵਰਗੀਆਂ ਦਵਾਈਆਂ ਉਹ ਵੀ ਵਧੀਆ ਜੇ ਬੰਦਾ ਵਾਕ ਕਰ ਲਵੇ ਹੁਣ ਕਿੱਥੇ ਤੁਸੀਂ ਦਵਾਈ ਖਾ ਕੇ ਆਪਣਾ ਬਲੱਡ ਸ਼ੂਗਰ ਲੋ ਕਰਨਾ ਕਿੱਥੇ ਤੁਸੀਂ ਨੇਚਰਲ ਤਰੀਕੇ ਨਾਲ ਕਾਰਬ ਮੀਲ ਖਾ ਕੇ ਉਦੋਂ ਬਾਅਦ ਵਾਕਬੂਕ ਕਰ ਲੋ ਉਹਦੇ ਨਾਲ ਥੋੜਾ ਬਲੱਡ ਸ਼ੂਗਰ ਆਪੇ ਲੋ ਹੋਣਾ ਮਤਲਬ ਤੁਹਾਨੂੰ ਮੈਡੀਸਨ ਦੀ ਲੋੜ ਨਹੀਂ ਸੋ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਇਹ ਕੋਈ ਮੈਡੀਕਲ ਐਡਵਾਈਸ ਨਹੀਂ ਹੈਗੀ ਤੁਸੀਂ ਜੇ ਟਾਈਪ 2 ਆ ਜਾਂ ਬਲੱਡ ਸ਼ੂਗਰ ਦੀ ਲੋ ਕਰਨ ਦੀ ਮੈਡੀਸਿਨ ਲੈਨੇ ਹੋ ਤਾਂ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਨਾਲ ਗੱਲ ਕਰਕੇ ਆ ਚੀਜ਼ ਕਰਨੀਆਂ ਪਰ ਮੈਂ ਤੁਹਾਨੂੰ ਫੈਕਟ ਦੱਸ ਰਿਹਾ ਕਿ ਥੋੜੀ ਬੋਡੀ ਵਰਕ ਕਿਵੇਂ ਕਰਦੇ ਜੇ ਥੋੜਾ ਹਾਈ ਬਲੱਡ ਸ਼ੂਗਰ ਰਹਿੰਦਾ ਫੈਟ ਬੰਨ ਤਾਂ ਹੋਣੀ ਹੋਣੀ ਆ ਤੁਸੀਂ ਹਾਈ ਬਲੱਡ ਸ਼ੂਗਰ ਨੂੰ ਬਿਨਾਂ ਮੈਡੀਸਿਨ ਤੋਂ ਕੰਟਰੋਲ ਕਰ ਸਕਦੇ ਹੋ ਤਾਂ ਹੀ ਮੈਂ ਕਹਿਣਾ ਉਹ ਕਿ ਇੰਟਰਮੀਟਿੰਗ ਫਾਸਟਿੰਗ ਕਰੋ ਉਹ ਵੀ ਇਦਾਂ ਦੀ ਚੀਜ਼ ਕਰਦੀ ਆ ਕਿ ਜੇ ਥੋੜਾ ਡਿਨਰ ਹੁੰਦਾ ਉਸ ਤੋਂ ਬਾਅਦ ਤੁਸੀਂ 16 ਘੰਟੇ ਦਾ ਫਾਸਟ ਕਰਦੇ ਹੋ ਆਪੇ ਥੋੜਾ ਬਲੱਡ ਸ਼ੂਗਰ ਕੰਟਰੋਲ ਚ ਆ ਤੇ ਫਾਸਟ ਟਾਈਮ ਦੇ ਵਿੱਚ ਤੁਸੀਂ ਕੋਈ ਮੈਡੀਸਿਨ ਵੀ ਨਹੀਂ ਲੈਣੀ ਮੈਂ ਨਹੀਂ ਚਾਹੁੰਦਾ ਕਿ ਫਾਸਟ ਟਾਈਮ ਦੇ ਵਿੱਚ ਤੁਹਾਡਾ ਬਲੱਡ ਸ਼ੂਗਰ ਪਹਿਲੇ ਹੀ ਕੰਟਰੋਲ ਚ ਹੁੰਦਾ ਤੁਸੀਂ ਹੋਰ ਬਲੱਡ ਸ਼ੂਗਰ ਲੋਅ ਕਰਨ ਲਈ ਕੋਈ ਮੈਡੀਸਿਨ ਲੈ ਲਮੋ ਫਿਰ ਤੁਹਾਡੀ ਡੇਂਜਰਸ ਸਿਚੁਏਸ਼ਨ ਹੋ ਸਕਦੀ ਹੈ ਜਿਆਦਾ ਬਲੱਡ ਸ਼ੂਗਰ ਲੋਅ ਹੋ ਜਾਣਾ ਸੋ ਜੇ ਮੈਡੀਸਿਨ ਲੈਣੇ ਹੋ ਮੈਂ ਪਹਿਲਾਂ ਵੀ ਕਿਹਾ ਸੀ ਡਾਕਟਰ ਨਾਲ ਗੱਲ ਕਰੋ ਪਰ ਹੁਣ ਦੋਨੇ ਕੇਸਾਂ ਦੇ ਵਿੱਚ ਜੇ ਆਪਾਂ ਚਾਹੇ ਆ ਖਾਧੀ ਹੋਈ ਕਾਰਬ ਜਿਹੜੀ ਕੋਡੋ ਮੀਲਾਂ ਚ ਲੈਣੇ ਆ ਆਪਣੀ ਫਾਸਟ ਔਰ ਨਾ ਜਾਵੇ ਆਪਣੇ ਮਸਲ ਵਰਤਣ ਉਹਨਾਂ ਨੂੰ ਕੋਈ ਮਸਾਲਾ ਨੂੰ ਇਸ਼ਾਰਾ ਦੇਣਾ ਜ਼ਰੂਰੀ ਆ ਮੈਂ ਇਦਾਂ ਹੀ ਕਰ ਦੋਨਾ ਮੈਂ ਤੁ ਉਦੋਂ ਅੱਧੇ ਪੌਣੇ ਘੰਟੇ ਬਾਅਦ ਇੱਕ ਤਾਂ ਮੇਰੀ ਪੋਸਟ ਵਰਕਆਊਟ ਆ ਜਾਂਦੀ ਮੈਨੂੰ ਲੋਡ ਨਹੀਂ ਉਦੋਂ ਮੇਰੇ ਮਸਲ ਤੇ ਵਰਕ ਕਰੀ ਹੁੰਦਾ ਜਿਹੜੀ ਮੈਂ ਫਾਸਟ ਦੇ ਵਿੱਚ ਐਂਡ ਤੇ 4 ਜਾਂ 5 ਵਜੇ ਮੇਰਾ ਤਾਂ ਡਿਨਰ ਹੀ ਹੋ ਜਾਂਦਾ ਉਹ ਉਦੋਂ ਮੀਨ ਲੈਣਾ ਉਹ ਤੋਂ ਪਹਿਲਾਂ ਜਾਂ ਪਿੱਛੋਂ ਮੈਂ ਆਪਣੇ ਮਸਲ ਕਿਹੜਾ ਐਕਟੀਵੇਟ ਕਰਦਾ ਚਾਹੇ ਮੈਂ ਡੰਡਾਂ ਦੇ ਸੈੱਟ ਲਾਵਾਂ 50 60 ਡੰਡ ਕੱਟਾਂ ਚਾਹੇ ਮੈਂ ਬੈਠਕਾ ਲਾਵਾਂ ਚਾਹੇ ਮੇ ਕੋ ਕਾਰਡੀਓ ਸਾਈਕਲ ਇਹ ਕੋ ਚਲਾਵਾਂ ਕਿਉਂਕਿ ਮੁੜ ਕੇ ਜਦ ਹੀ ਮੇਰੀ ਬਾਡੀ ਉਹ ਗਲੂਕੋਜ਼ ਨੂੰ ਖਿੱਚ ਲੈਂਦੀ ਹੈ ਫਿਰ ਮੇਰੀ ਮੁੜ ਕੇ ਬਾਡੀ ਫੈਟ ਬਰਨ ਜੋਨ ਤੇ ਰਹਿੰਦੀ ਆ ਕਿਉਂਕਿ ਚ ਚਾਹੇ ਮੈਂ ਸਾਹ ਲੈਂਦਾ ਹਰ ਇੱਕ ਚੀਜ਼ ਦੇ ਵਿੱਚ ਥੋੜੀ ਫੈਟ ਬਰਨ ਹੋ ਰਹੀ ਆ ਪਰ ਫੈਟ ਬਰਨ ਸਟਾਪ ਕਦੋਂ ਹੁੰਦੀ ਆ ਜਦੋਂ ਬਲੱਡ ਸ਼ੂਗਰ ਤੇ ਇਨਸੂਲਿਨ ਨਪ ਜਾਂਦੇ ਨੇ ਕਿਉਂਕਿ ਇਹ ਐਨਾਬੋਲਿਕ ਚੀਜ਼ਾਂ ਨੇ ਇਹ ਫੈਟ ਬਰਨ ਤੇ ਸਟਾਪ ਲਾ ਦਿੰਦੇ ਕਿਉਂਕਿ ਬਾਡੀ ਨੂੰ ਲੱਗਦਾ ਕਿ ਫੂਡ ਆ ਗਿਆ ਇਨਸੂਲਿਨ ਇੱਕ ਸਟੋਰ ਹਾਰਮੋਨਾਂ ਨੂੰ ਲੱਗਦਾ ਕਿ ਯਾਰ ਫੈਟ ਨਹੀਂ ਬਰਨ ਕਰਨੀ ਹੁਣ ਕਾਰਬ ਬਰਨ ਕਰੋ ਛੇਤੀ ਛੇਤੀ ਪਹਿਲਾਂ ਕਾਰਬ ਦਾ ਹੱਲ ਕਰੋ ਜਿਹੜੀ ਬਲੱਡ ਚ ਸ਼ੂਗਰ ਆ ਪਹਿਲਾਂ ਉਹਨੂੰ ਵਰਤੂ ਬਾਡੀ ਸੋ ਸਮਝ ਗਏ ਬਹੁਤ ਜ਼ਿਆਦਾ ਬੈਨੀਫਿਟ ਨੇ ਆਪਣੇ ਹਾਰਮੋਨ ਦੀ ਸੈਂਸਿਟੀਵਿਟੀ ਵਧੂਗੀ ਇਸ ਲ ਥੋੜੀ ਬਾਡੀ ਨੂੰ ਕਈ ਵਾਰ ਇਹ ਨਹੀਂ ਹੁੰਦਾ ਬੰਦੇ ਨੂੰ ਖਾ ਕੇ ਸੁਸਤੀ ਜੀ ਪੈਣ ਲੱਗ ਜਾਂਦੀ ਆ ਤੁਹਾਨੂੰ ਉਹ ਵੀ ਨਹੀਂ ਪਊਗੀ ਕਿਉਂਕਿ ਜੇ ਖਾ ਖਾਣੇ ਹੋ ਕਈ ਵਾਰ ਤੁਹਾਨੂੰ ਖਾਣ ਤੋਂ ਬਾਅਦ ਸੁਸਤੀ ਪੈਂਦੀ ਆ ਤਾਂ ਤਾਂ ਹੀ ਤੁਹਾਡਾ ਬਲੱਡ ਸ਼ੂਗਰ ਅੱਪ ਚਲੇ ਜਾਂਦਾ ਜੇ ਤੁਸੀਂ ਉਹ ਬਲੱਡ ਸ਼ੂਗਰ ਨੂੰ ਆ ਡੰਡ ਡੰਡ ਲਾ ਕੇ ਜਾਂ ਲੱਤਾਂ ਦੀ ਐਕਸਰਸਾਈਜ਼ ਲਾ ਕੇ ਬਾਰਤ ਲਈ 10 15 ਮਿੰਟ ਜ਼ਿਆਦਾ ਨਹੀਂ ਸਿਰਫ 5 ਦਾ 10 ਮਿੰਟ ਉੜ ਕੇ ਤੁਹਾਨੂੰ ਸੁਸਤੀ ਵੀ ਨਹੀਂ ਪਊਗੀ ਕਿਉਂਕਿ ਤੁਸੀਂ ਆਪਣਾ ਬਲੱਡ ਸ਼ੂਗਰ ਜਦੀ ਯੂਜ਼ ਕਰ ਲਿਆ ਮਸਲਾ ਨੇ ਐਕਟੀਵੇਟ ਹੋ ਗਏ ਉਹਨੂੰ ਖਿੱਚ ਲਿਆ ਸੋ ਬਹੁਤ ਵਧੀਆ ਚੀਜ਼ ਆ ਮੈਂ ਡੇਲੀ ਆ ਚੀਜ਼ ਕਰਦਾ ਤੇ ਤੁਸੀਂ ਬੈਨੀ ਥੋੜੀ ਦਿਨ ਦੇ ਵਿੱਚ ਕਿੰਨੀ ਜ਼ਿਆਦਾ ਕੈਲਰੀ ਤੁਸੀਂ ਬਰਨ ਕਰੋਗੇ ਜਿਹੜੀ ਫੈਟ ਚ ਥੋੜੀ ਬਾਡੀ ਤੇ ਸਟੋਰ ਆ ਤੇ ਇਹੀ ਸੀਗੀ ਅੱਜ ਦੀ ਤੁਹਾਡੇ ਲਈ ਇਨਫੋਰਮੇਸ਼ਨ ਹੁਣ ਆਪਾਂ ਮਿਲਦੇ ਹਾਂ ਨੈਕਸਟ ਵਨ ਚ ਥਿਸ ਇਜ਼ ਜਹਰੀ ਮੇਰੇ ਵਾਈਗਰੂ ਮੇਰ ਕਰੀਗਾ ਆਵਜੂਆ